ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ ਸਰ। ਅਸਲਾਮ ਅਲੈਕੁਮ। ਸਾਡੀ ਦੁਆ ਕਿ ਸਾਡੇ ਭੈਣ ਵੀ ਅੱਲਾਹ ਤਾਲਾ ਖੁਸ਼ ਰੱਖੇ, ਸ਼ਾਦੋ ਆਬਾਦ ਰੱਖੇ। ਇਸੇ ਦੁਆ ਨਾਲ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਅੱਜ ਦੀ ਵੀਡੀਓ ਕੁਛ ਇਸ ਤਰ੍ਹਾਂ ਜੀ ਕਿ ਅੱਜ ਜਾ ਰਹੇ ਹੋਏ ਹਾਂ ਬਾਜ਼ਾਰ। ਸਭ ਤੋਂ ਪਹਿਲੇ ਤਾਂ ਜਿਹੜੇ ਪਿੰਡ ਕਾਫੀ ਸਾਰੇ ਕੰਮ ਕਰਨ ਵਾਲੇ ਆ ਉਹ ਕਰਦੇ ਹਾਂ ਜੀ, ਕਰਕੇ ਉਸ ਤੋਂ ਬਾਅਦ ਜਾਣਾ ਬਾਜ਼ਾਰ। ਮਸਜਿਦ ਦਾ ਇੱਕ ਬਹੁਤ ਅਹਿਮ ਕੰਮ ਕਰਨ ਵਾਲਾ ਜਿਹੜਾ ਕਲੀਨ ਪਾਉਣ ਤੋਂ ਪਹਿਲੇ ਕਰਨਾ ਜੀ, ਬਸ ਕਿ ਉਹ ਵੀ ਨਾਲ ਲੱਗਦਾ ਫਾਈਨਲ ਹੋ ਜਾਵੇ ਤਾਂ ਬਿਹਤਰ ਆ ਜੀ। ਚੱਲਦੇ ਹਾਂ ਅਤੇ ਉਸ ਕੰਮ ਵਾਸਤੇ ਜ਼ਬੈਰ ਵੀ ਆ ਗਿਆ ਹੋਇਆ। ਚੱਲ ਕੇ ਅਤੇ ਸਭ ਤੋਂ ਪਹਿਲੇ ਤਾਂ ਕਰ ਦੇਈਏ ਵੈਲਡਿੰਗ ਵਾਲੇ ਦਾ ਪਤਾ, ਵੈਲਡਿੰਗ ਵਾਲੇ ਦਾ ਪਤਾ ਕਰਕੇ ਅਤੇ ਉਸ ਤੋਂ ਬਾਅਦ ਫਿਰ ਆਪਣਾ ਭੈਣ ਬੇਨ ਸ਼ੇਅਰ ਕਰ ਦੇ ਮੈਂ ਕਿ ਜਿਹੜਾ ਮਸਜਿਦ ਦਾ ਕੰਮ ਕਰਾਂ, ਕਿਹੜਾ ਕੰਮ ਕਰਾਉਣ ਵਾਲਾ। ਗੰਦਮ ਵਾਲੇ ਸਾਹਮਣੇ ਸਾਈਡ ਤੋਂ ਖੇਤ ਹੋ ਚੁੱਕੇ ਆ ਜੀ ਸਾਰੇ ਵੇਲੇ ਵਨ ਟੂ ਆਲ। ਰਾਤ ਰਾਸ਼ਨ ਲੱਗੀਆਂ ਰਹੀਆਂ ਸਾਰੇ, ਅੱਜ ਗੰਦਮ ਜਿਹੜੀ ਇੱਧਰੋਂ ਨਿਕਲ ਗਈ ਹੋਈ ਹੈ। ਭਾਈ ਸਾਹਮਣੇ ਆਪਣੇ ਬੱਕਰੇ ਚਲਾ ਰਿਹਾ ਹੋਇਆ ਜੀ, ਬੱਕਰੇ ਚਲਾ ਰਿਹਾ ਹੋਇਆ ਆਪਣੇ। ਔਰ ਮੌਸਮ ਬਹੁਤ ਜ਼ਿਆਦਾ ਗਰਮ ਹੋ ਚੁੱਕਿਆ ਜੀ, ਅਚਾਨਕ ਹੀ ਦੋ ਦਿਨ ਹੋ ਗਏ ਜੀ ਮੌਸਮ ਬਹੁਤ ਜ਼ਿਆਦਾ ਗਰਮ ਹੋ ਗਿਆ। ਪਹਿਲੇ ਬਾਰਿਸ਼ਾਂ ਪੈਣੀਆਂ ਰਹੀਆਂ, ਬਸ ਜਿਸ ਤਰ੍ਹਾਂ ਬਾਰਿਸ਼ਾਂ ਦਾ ਮੌਸਮ ਸੈੱਟ ਹੋਇਆ ਅਤੇ ਨਾਲ ਹੀ ਮੌਸਮ ਬਹੁਤ ਜ਼ਿਆਦਾ ਗਰਮ ਹੋ ਚੁੱਕਿਆ ਜੀ। ਬਾਕੀ ਚਲੋ ਖਿਆਲ ਕਰਕੇ ਆ ਰਹੇ ਹੋਏ ਹਾਂ ਬਾਜ਼ਾਰ। ਸਭ ਤੋਂ ਪਹਿਲੇ ਤਾਂ ਆਪਣੇ ਇੱਥੇ ਵੈਲਡਿੰਗ ਵਾਲੇ ਦਾ ਪਤਾ ਕਰਦੇ ਹਾਂ, ਵੈਲਡਿੰਗ ਦਾ ਪਤਾ ਕਰਕੇ ਉਹ ਵੀ ਆਪਣੇ ਬੈਨ ਬੀਨ ਸ਼ੇਅਰ ਕਰਦੇ ਹਾਂ ਵੀ ਵੈਲਡਿੰਗ ਵਾਲੇ ਦਾ ਕਿਉਂ ਪਤਾ ਕਰਨਾ, ਕੀ ਕੰਮ ਕਰਾਉਣਾ ਉਹਦੇ ਕੋਲ, ਔਰ ਸਾਰਾ ਕੰਮ ਫਿਰ ਨਾਲ ਨਾਲ ਜਦੋਂ ਵੀਡੀਓ 'ਚ ਆਪਣੇ ਬੈਨ ਬੀਨ ਸ਼ੇਅਰ ਕਰਦੇ ਹਾਂ ਜੀ। ਇੱਥੇ ਜੀ ਅੱਗੇ ਪਹੁੰਚ ਚੁੱਕੇ ਹੋਏ ਹਾਂ ਜਿਹੜੇ ਉਸਤਾਦ ਅਫਰੀਦੀ ਬਾਈ ਦੇ ਭਾਈ ਆ ਜੀ ਵੈਲਡਿੰਗ ਵਾਲੇ, ਇਹਨਾਂ ਕੋਲ ਪਹੁੰਚੇ ਹਾਂ। ਇੱਥੇ ਕਡੇਰੇ ਦੇ ਉੱਤੇ ਮੁਰਗੀ ਫਾਰਮ ਇੱਕ ਬਣਾ ਰਹੇ ਹੋਏ ਆ, ਅਤੇ ਉਹ ਮੁਰਗੀ ਫਾਰਮ ਜਿਹੜਾ ਬਣਾ ਰਹੇ ਆ ਅਤੇ ਇੱਥੇ ਥੋੜ੍ਹੇ ਕੰਮ ਰਹਿ ਗਏ ਕਿਉਂਕਿ ਦੋ ਦਿਨ ਹੋ ਗਏ ਕਹਿ ਰਹੇ ਸੀ ਅਸ ਬਾਈ ਬਸ ਅੱਜ ਦਿਨ ਦੀ ਅਤੇ ਅੱਜ ਦਾ ਟਾਈਮ ਦਿਓ, ਅੱਜ ਦਾ ਦਿਓ, ਅੱਜ ਦਾ ਦਿਓ, ਕਰਦੇ ਕਰਦੇ ਤੀਸਰਾ ਦਿਨ ਹੋ ਗਿਆ ਨਹੀਂ ਤਾਂ ਅੱਜ ਦਿਨ ਸਾਡਾ ਮਸਜਿਦ ਦਾ ਕੰਮ ਜਿਹੜਾ ਸੀ ਥੋੜ੍ਹਾ ਹੋਰ ਰਹਿੰਦਾ ਸੀ ਨਾ ਜੀ ਕਰਾਣੇ ਵਾਲਾ, ਉਹ ਸਾਡਾ ਫਾਈਨਲ ਹੋ ਜਾਣਾ ਸੀਗਾ ਜੀ। ਔਰ ਇੱਥੇ ਭਾਈ ਹੁਣਾਂ ਦਾ ਕੰਮ ਚੈੱਕ ਕਰਨ ਵਾਸਤੇ ਆਏ ਹਾਂ। ਜ਼ੁਬੈਰ ਭਾਈ ਦੇ ਚਲੇ ਗਏ ਫਰੀਦੀ ਹੁਣਾਂ ਦਾ, ਉਹ ਸਾਹਮਣੇ ਫਰੀਦੀ ਭਾਈ ਹੁਣਾਂ ਦਾ ਮੱਛਲੀ ਵਾਲਾ ਫਾਰਮ ਆ ਜੀ। ਜ਼ੁਬੈਰ ਚਲੇ ਗਏ, ਜ਼ੁਬੈਰ ਭਾਈ ਚਲੇ ਗਏ ਉੱਧਰ ਨੂੰ, ਫਰੀਦੀ ਭਾਈ ਦੇ ਛੋਟੇ ਬੜੇ ਭਾਈ ਉੱਥੇ ਹੀ ਆ, ਉਹ ਦੇਖ ਰਹੇ ਹੋਏ ਆ ਆਪਣੀਆਂ ਮੱਛਲੀਆਂ ਨੂੰ। ਔਰ ਦੂਸਰੇ ਜਿਹੜੇ ਭਾਈ ਆ ਉਹ ਇੱਧਰ ਵੈਲਡਿੰਗ ਕਰ ਰਹੇ ਹੋਏ ਆ ਜੀ, ਇਹ ਸਾਹਮਣੇ ਜਾਲ ਬਣਾ ਰਹੇ ਹੋਏ ਆ ਦੂਸਰਾ ਮੁਰਗੀਆਂ ਦਾ ਜੀ, ਕਿਉਂਕਿ ਸਰਦੀ ਆ ਰਹੀ ਹੈ, ਸਰਦੀਆਂ ਵਾਸਤੇ ਦੇਸੀ ਮੁਰਗੀਆਂ ਰੱਖਣੀਆਂ ਇਹਨਾਂ ਨੇ, ਉਹਨਾਂ ਵਾਸਤੇ ਆਪਣਾ ਕੰਮ ਕਾਰ ਕਰਵਾ ਰਹੇ ਹੋਏ ਆ, ਜਾ ਜਗ੍ਹਾ ਬਣਾਈ ਇਹਨਾਂ ਨੇ, ਇੱਥੇ ਜਗ੍ਹਾ ਬਣਾ ਰਹੇ ਹੋਏ ਆ ਸਾਰੇ ਨੇ, ਆਪਣੇ ਪੈਪ ਸ਼ਪ ਲਾ ਕੇ ਨੇ ਜਗ੍ਹਾ ਬਣਾ ਲਈ ਹੈ। ਅਤੇ ਦੇਖਦੇ ਹੁਣ ਚੱਲ ਕੇ ਉੱਧਰ ਅੱਗੇ ਦੂਸਰਾ ਜਿਹੜਾ ਕੰਮ ਆ ਉਹ ਸਾਰਾ ਆਪਣੇ ਭੈਣ ਨੂੰ ਸ਼ੇਅਰ ਕਰਦੇ ਹਾਂ। ਉਸਤਾਦ ਕੋਲ ਪੁੱਛਦੇ ਹਾਂ ਸਾਨੂੰ ਕਦੋਂ ਟਾਈਮ ਦੇ ਰਹੇ ਹੋਏ ਆ ਜੀ। ਬਾਹਰ ਡੇਰੇ ਵਾਲੀ ਸਾਈਡ 'ਤੇ ਰਕਬਾ ਜਿਹੜਾ ਡੇਰਾ ਵੀ ਬਾਹਰ ਵਾਲੀ ਸਾਈਡ 'ਤੇ ਹੈ ਜੀ, ਔਰ ਉਸਤਾਦ ਅਰਸ਼ਦ ਇੱਥੇ ਲੱਗੇ ਹੋਏ ਆ ਕੰਮ ਕਰਨ ਵਾਸਤੇ, ਇਹਨਾਂ ਦਾ ਡੇਰਾ ਜੀ ਸਾਹਮਣੇ, ਔਰ ਇਹ ਬਣਾ ਰਿਹਾ ਹੋਇਆ ਸਾਰਾ ਅੰਦਰ ਮੁਰਗੀ ਫਾਰਮ। ਜਨਰੇਟਰ ਲੈ ਕੇ ਆਏ ਹੋਏ, ਜਨਰੇਟਰ 'ਤੇ ਚੱਲ ਰਿਹਾ ਕੰਮ ਇਹਨਾਂ ਦਾ, ਇਹ ਜਾਲੀ ਵਗੈਰਾ ਸਾਰੀ ਇਹਨਾਂ ਦੀ ਲੱਗ ਗਈ ਆ ਅਤੇ ਹੁਣ ਪਿੱਛੇ ਖੁੱਡੇ ਛੱਡੇ ਹੋਏ ਸੀ ਹਵਾ ਵਾਸਤੇ, ਇੱਧਰ ਲੱਗੇ ਹੋਏ ਇਹਨਾਂ ਨੂੰ ਜਾਲੀ ਲਾਉਣ ਵਾਸਤੇ। ਹਾਂਜੀ ਉਸਤਾਦ ਜੀ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਜੀ, ਕਿੰਨਾ ਕੰਮ ਰਹਿ ਗਿਆ ਤੁਹਾਡਾ? ਇੱਥੇ ਅਸੀਂ ਤੁਹਾਡਾ ਕੰਮ ਚੈੱਕ ਕਰਨ ਵਾਸਤੇ ਆਏ ਹਾਂ, ਅਸੀਂ ਉਸਤਾਦ ਨੂੰ ਦੇਖ ਕੇ ਆਈਏ ਕੀ ਕੰਮ ਰਹਿ ਗਿਆ ਉਸਤਾਦ ਦਾ। ਅੱਛਾ ਜੀ, ਆਪਣਾ ਸਮਾਨ ਖਰੀਦ ਹੋ ਜਾਏਗਾ ਅੱਜ। ਸਹੀ ਹੈ ਜੀ, ਕੰਮ ਸ਼ੁਰੂ ਹੋਏਗਾ ਅੱਜ ਕੱਲ੍ਹ ਹੋਏਗਾ? ਕੰਮ ਤੁਹਾਡਾ ਕੱਲ ਕਰਾਂ, ਸਮਾਨ ਖਰੀਦਣੇ ਜਾ ਕੇ। ਸਹੀ ਹੈ ਜੀ, ਇਹਦੇ ਸ਼ਾਇਦ ਕੰਮ ਤੇ ਹੈ ਗਏ ਜਾਂ ਨਹੀਂ ਹੈਗਾ, ਗੋਣਾ ਪੈਂਦਾ ਕੀ ਕਰਨਾ ਪੈਂਦਾ। ਸਹੀ ਹੈ, ਸਮਝਦੇ ਪਈ ਆ, ਤੇ ਫਿਰ ਉਹਦੇ ਨਾਲ ਹੀ ਆਪਾਂ ਜਿਹੜਾ ਕੰਮ ਸਟਾਰਟ ਕਰਾਂ ਕੱਲ ਨੂੰ ਇਨਸ਼ਾ ਅੱਲਾਹ। ਚਲੋ ਸਹੀ ਹੈ ਜੀ, ਮਸਜਿਦ ਸਮਾਨ ਫਾਈਬਰ ਦਾ ਪਤਾ ਕਰਦੇ ਆ।
ਹਾਂਜੀ ਮਸਜਿਦ ਵਿੱਚ ਕੁਛ ਕੰਮ ਕਰਵਾਉਣਾ ਜੀ, ਜਿਹੜਾ ਕੰਮ ਕਰਵਾਉਣਾ ਉਹ ਵੀ ਆਪਣੇ ਭੈਣ ਭੈਣ ਸ਼ੇਅਰ ਕਰਾਂਗੇ। ਔਰ ਵੈਲਡਿੰਗ ਵਾਲੇ ਭਾਈ ਦਾ ਇਹ ਤਾਂ ਪਤਾ ਕੀਤਾ ਆ ਕੇ, ਕਿਉਂਕਿ 2 ਦਿਨ ਹੋ ਗਏ ਸਾਨੂੰ ਟਾਈਮ ਦੇ ਰਹੇ ਸੀਗੇ ਅਤੇ ਵਿਹਲੇ ਨਹੀਂ ਹੋਏ ਹੈਗੇ। ਅੱਜ ਬਸ ਇਹ ਥੋੜ੍ਹਾ ਜਿਹਾ ਕੰਮ ਰਹਿ ਗਿਆ ਇਹਨਾਂ ਦਾ, ਅਸੀਂ ਖੁਦ ਜਾ ਕੇ ਚੈੱਕ ਕਰਕੇ ਆਉਂਦੇ ਹਾਂ ਵੀ ਕਿੰਨਾ ਕੰਮ ਰਹਿ ਗਿਆ। ਉੱਥੇ ਲਾ ਕੇ ਜਾਲੀ ਲਗਾ ਰਹੇ ਹੋਏ, ਬਸ ਇੱਥੋਂ ਲਾ ਕੇ ਤਾਂ ਇੰਨੀ ਕੁ ਜਾਲੀ ਰਹਿ ਗਈ ਲੱਗਣ ਵਾਲੀ, ਕਿਉਂਕਿ 10-15 ਮਿੰਟਾਂ ਦਾ ਕੰਮ ਰਹਿ ਗਿਆ। ਫਿਰ ਚੱਲਦੇ ਸਾਡੇ ਨਾਲ ਬਾਜ਼ਾਰ, ਬਾਜ਼ਾਰ ਚੱਲ ਕੇ ਸਾਨੂੰ ਸਮਾਨ ਲੈ ਕੇ ਦਿੰਦੇ ਆ ਜੀ। ਫਿਰ ਕੱਲ੍ਹ ਤੋਂ ਇਨਸ਼ਾਅੱਲਾ ਕੰਮ ਸਾਡਾ ਸ਼ੁਰੂ ਹੋ ਜਾਏਗਾ ਜਿਹੜਾ ਮਸਜਿਦ ਦਾ, ਬਾਕੀ ਕੰਮ ਹੋਰ ਨਿਊ ਕੰਮ ਕਰਵਾ ਰਹੇ ਮਸਜਿਦ ਵਿੱਚ। ਅੱਛਾ ਜੀ, ਮਸਜਿਦ ਪਹੁੰਚ ਚੁੱਕੇ ਹੋਏ ਹਾਂ ਜੀ, ਔਰ ਮਸਜਿਦ ਦਾ ਜਿਹੜਾ ਕੰਮ ਕਰਨ ਵਾਲਾ ਸੀਗਾ, ਹੋਰ ਇੱਕ ਨਿਊ ਕੰਮ ਕਰਨਾ ਸੀ ਜਿਹੜਾ ਮਸਜਿਦ ਦਾ ਜੀ, ਉਹਦੇ ਵਿੱਚ ਇਹ ਸੀਗਾ ਕਿ ਇਹ ਜਿਹੜੀ ਸਾਈਡ 'ਤੇ ਟੂਟੀਆਂ ਦੀ ਜਗ੍ਹਾ ਸੀਗੀ ਨਾ ਜੀ, ਇਹਦੇ ਉੱਪਰ ਛੱਤ ਲਗਾਉਣੀ ਸੀ, ਸਾਇਆ ਬਣਾਉਣਾ ਉੱਪਰ ਵਾਲੀ ਸਾਈਡ 'ਤੇ ਇਹ ਟੂਟੀਆਂ ਦੀ ਜਗ੍ਹਾ 'ਤੇ ਜੀ, ਜਿਹਦੇ ਵਾਸਤੇ ਕਾਰੀਗਰ ਨੂੰ ਲੈ ਕੇ ਆਏ ਹਾਂ ਜੀ। ਜਿਹਦਾ ਲਗਾਉਣਾ ਵੀ ਚੈੱਕ ਕਰ ਲਓ, ਇੱਕ ਤਾਂ ਇੱਥੇ ਜੀ ਕੂਲਰ ਦੇ ਉੱਪਰ ਛਾਂ ਹੋ ਜਾਏਗੀ, ਔਰ ਫਿਲਟਰ ਦੇ ਉੱਪਰ ਛਾਂ, ਔਰ ਨਾਲ ਡਿਊਟੀਆਂ ਦੇ ਉੱਪਰ ਛਾਂ ਹੋ ਜਾਏਗੀ। ਇਹ ਤਾਂ ਵਿੰਡੋ ਸੇਧ ਰੱਖ ਰਿਹਾ ਜੀ, ਸਹੀ ਉੱਪਰ ਫੈਬਰ ਸ਼ੀਟ ਸਾਥ ਪਾਈਏ ਜਾਂ ਦੂਸਰੀ ਲੋਹੇ ਦੀ ਚਾਦਰ ਪਾਈਏ? ਅੱਛਾ ਫੈਬਰ ਸ਼ੀਟ, ਠੀਕ ਆ, ਚਲੋ ਸਹੀ ਹੈ। ਪਰਮੈਸ਼ ਕਰ ਲਓ ਫੈਬਰ ਸ਼ੀਟ ਦੀ ਕਿੰਨੀ ਬਣਦੀ ਹੈ, ਬਸ ਸਹੀ ਹੈ, ਗ੍ਰੀਨ ਕਲਰ ਦੀ ਪਾ ਦਿੰਦੇ। ਚਲੋ ਜਿੰਨੀ ਵੀ ਬਣਦੀ ਹੈ ਸਹੀ ਪਰਮੈਸ਼ ਕਰ ਲਓ ਨਾ ਆਪਣੀ, ਤੁਸੀਂ ਉਸ ਹਿਸਾਬ ਨਾਲ ਫੈਬਰ ਸ਼ੀਟ ਦਾ ਵੀ ਆਰਡਰ 'ਤੇ ਕਰੀਏ ਉੱਥੇ, ਔਰ ਨਾਲ ਲੱਗਦੇ ਜੇ ਪੈਪ ਵਗੈਰਾ ਹੈਗੇ ਵੀ ਸਾਰੇ ਜਿਹੜੇ ਨਾ ਪਰਮੈਸ਼ ਕਰਕੇ ਲਿਖ ਲਓ ਸਮਾਨ। ਨਾਲ ਲਾ ਕੇ ਲੈਵਲ ਕਰ ਲਓ ਨਾ, ਇਹਦੇ ਨਾਲ ਲਾ ਲਓ, ਇਹ ਸਾਰੀ ਪਰਮੈਸ਼ ਵਗੈਰਾ ਕਰਦੇ ਹਾਂ ਜੀ ਇਹਦੀ ਕਰਕੇ, ਅਤੇ ਇਹਦਾ ਸਮਾਨ ਲਿਖਦੇ ਹਾਂ, ਸਮਾਨ ਲਿਖ ਕੇ ਅਤੇ ਫਿਰ ਸਮਾਨ ਦੀ ਖਰੀਦ ਕਰਨ ਵਾਸਤੇ ਸਮਾਨ ਬਾਜ਼ਾਰ ਚੱਲਦੇ ਹਾਂ ਜੀ। ਅਸੀਂ ਪਹੁੰਚੇ ਹੋਏ ਸੀਲਿੰਗ ਵਾਲੀ ਦੁਕਾਨ ਦੇ ਉੱਪਰ, ਔਰ ਜਿਹੜਾ ਫੈਬਰ ਸ਼ੀਟ ਲੈਣੀ ਸੀਗੀ ਫੈਬਰ ਸ਼ੀਟ ਵਾਸਤੇ ਜੀ, ਸ਼ਾਇਦ ਰੇਟ ਸ਼ੀਟ ਸਾਡਾ ਤੈਅ ਹੋ ਚੁੱਕਿਆ, ਔਰ ਇਨਸ਼ਾਅੱਲਾ ਕੱਲ੍ਹ ਸ਼ਾਮ ਦੀ ਸਾਨੂੰ ਫੈਬਰ ਸ਼ੀਟ ਮਿਲ ਜਾਵੇ। ਇੱਕ ਹਰ ਡਿਜ਼ਾਈਨ ਹੋ ਗਿਆ, ਗ੍ਰੀਨ ਹੋ ਗਿਆ, ਹਾਂਜੀ ਗ੍ਰੀਨ 'ਚ ਬਣਨੀ, ਗ੍ਰੀਨ 'ਚ ਹੀ ਹੈ ਡਿਜ਼ਾਇਨ, ਹੈ ਬਣਨੀ ਗ੍ਰੀਨ 'ਚ ਹੀ ਹੈ। ਸਹੀ ਹੈ, ਪੇਪਰ ਜਾਂ ਕੱਪੜਾ ਲਾਉਣਾ ਨਾ ਵਿੱਚ, ਇਹਨਾਂ ਨੇ ਬਣਨੀ ਸਾਰੀ ਗ੍ਰੀਨ 'ਚ ਡਿਜ਼ਾਇਨ, ਡਿਜ਼ਾਇਨ ਨਾ ਉਹ ਕਹਿੰਦੇ ਥੋੜ੍ਹਾ ਜਿਹਾ ਮਤਲਬ ਕਿ ਨੀਚੇ ਵਾਲਾ ਡਿਜ਼ਾਇਨ ਕੱਢਿਆ ਜੀ, ਇਹਨਾਂ ਦੋਵਾਂ 'ਚ ਦੇਖ ਲਓ ਆ ਜਿਹੜਾ ਜਾਂ ਥੱਲੇ ਵਾਲਾ, ਇਹ ਵਾਲਾ ਇਹ ਠੀਕ ਨਾ, ਥੋੜ੍ਹਾ ਸਾਇਆ ਗਹਿਰਾ ਹੋ ਜਾਣਾ ਜੇ ਗ੍ਰੀਨ ਕਰ ਦਿਓ ਜੀ, ਠੀਕ ਹੈ ਜੀ। ਔਰ ਬਾਕੀ ਚੱਲਦੇ ਹਾਂ ਜੀ, ਇਹ ਇਹਨਾਂ ਦੀ ਹੈਗੀ ਦੁਕਾਨ, ਅੱਗੇ ਲੋਹੇ ਵਾਲੀ ਦੁਕਾਨ 'ਤੇ, ਲੋਹੇ ਵਾਲੀ ਦੁਕਾਨ 'ਤੇ ਚੱਲ ਕੇ, ਅਤੇ ਲੋਹੇ ਵਾਲੀ ਦੁਕਾਨ ਦਾ ਜਿਹੜਾ ਸਮਾਨ ਹੈਗਾ ਉਹ ਵੀ ਲੈਂਦੇ ਹਾਂ ਲੈ ਕੇ, ਅਤੇ ਫਿਰ ਚੱਲਦੇ ਹਾਂ ਵਾਪਸ ਮਸਜਿਦ 'ਚ। ਅਤੇ ਜਾ ਰਹੇ ਹੋਏ ਜੀ ਘਰ ਵਾਪਸ, ਵੈਲਡਿੰਗ ਵਾਲੇ ਜਿਹੜੇ ਉਸਤਾਦ ਉਹ ਚਲੇ ਗਏ ਹੋਏ ਆ, ਭਾਈ ਕਹਿ ਰਹੇ ਕਿ ਅਸੀਂ ਭਾਈ ਕੱਲ੍ਹ ਸੁਬਹਾ ਸੁਬਹਾ ਆਵਾਂਗੇ, ਔਰ ਨਾਲ ਲੋਹੇ ਦਾ ਸਮਾਨ ਚੱਕਾਂਗੇ,
ਔਰ ਚੱਲ ਕੇ ਅਤੇ ਉੱਥੇ ਆਪਣੀ ਕਟਿੰਗ ਵਗੈਰਾ ਕਰਕੇ ਫਿਰ ਟੈਂਕੀ ਦੁਕਾਨ। ਮੈਂ ਤਾਂ ਕਿਹਾ ਸੀ ਮੈਂ ਕਿਹਾ ਅੱਜ ਹੀ ਸਮਾਨ ਲੈ ਲੈਂਦੇ, ਕਹਿੰਦੇ ਨਹੀਂ ਕੱਲ੍ਹ ਸਮਾਨ ਕਰਾਂਗੇ, ਕੱਲ੍ਹ ਸਮਾਨ ਲੈ ਕੇ ਫਿਰ ਕੱਲ੍ਹ ਹੀ ਕੰਮ ਸ਼ੁਰੂ ਕਰਾਂ। ਬਾਕੀ ਚੱਲਦੇ ਹਾਂ ਜੀ, ਉੱਥੇ ਜੋ ਵੀ ਸੀਨ ਹੈਗਾ ਫਿਰ ਚੱਲਦੇ। ਅੱਛਾ ਜੀ, ਬਿਲਕੁਲ ਘਰ ਦੇ ਸਾਹਮਣੇ ਵਾਲੀ ਸਾਈਡ 'ਤੇ ਖੜ੍ਹੇ ਹੋਏ ਹਾਂ ਜੀ। ਸਾਹਮਣੇ ਘਰ ਆ, ਸਾਹਮਣੇ ਜੀ ਸਾਈਡ 'ਤੇ ਜਿਹੜੀ ਗੰਦਮ ਬੀਜੀ ਹੋਈ ਸੀ ਸਾਰੀ ਗੰਦਮ ਕਟਾਈ ਹੋ ਗਈ ਆ, ਔਰ ਸਾਰੀ ਗੰਦਮ ਨਿਕਲ ਵੀ ਗਈ ਆ ਜੀ। ਥ੍ਰੈਸ਼ਰ ਲਾ ਕੇ ਬਾਈ ਕੱਢ ਕੇ ਗੰਦਮ ਸਾਰੀ ਆਪਣੇ ਘਰ ਲੈ ਗਏ ਹੋਏ ਆ। ਔਰ ਸਾਹਮਣੇ ਜਿਹੜੇ ਪਲੰਬਰ ਬਾਈ ਆ, ਸ਼ਹਿਜ਼ਾਦ ਬਾਈ, ਇਹ ਇਹਨਾਂ ਨੇ ਰੱਖੇ ਹੋਏ ਆ ਜੀ ਬੱਕਰੇ, ਔਰ ਇਹ ਬੱਕਰੇ ਚਰਾਉਣ ਵਾਸਤੇ ਬਾਅਦ ਪਹਿਲੀ ਦਫਾ ਬਾਹਰ ਲੈ ਕੇ ਨਿਕਲੇ ਆ। ਮਾਸ਼ਾਅੱਲਾ ਸੋਹਣੇ ਜਾਨਵਰ ਰੱਖੇ ਹੋਏ ਆ ਜੀ। ਔਰ ਬਾਈ ਪਹਿਲੇ ਦਿਨ ਹੀ ਜਾਨਵਰ ਬਾਹਰ ਆਏ ਆ, ਔਰ ਇੱਥੇ ਰੋਡ 'ਤੇ ਬਾਈ ਗੁਜ਼ਰ ਰਹੇ ਹੋਏ ਸੀਗੇ। ਇਹਨਾਂ ਨੂੰ ਸ਼ੌਕ ਸੀਗਾ ਕੁਰਬਾਨੀ ਵਾਸਤੇ ਜੀ, ਔਰ ਇਹ ਬੱਕਰੇ ਇਹਨਾਂ ਨੂੰ ਪਸੰਦ ਕਰ ਰਹੇ ਹੋਏ ਆ ਬਾਈ। ਇਹ ਬਾਈ ਆਪਣੇ ਘਰ ਵਾਸਤੇ ਲੈਣੇ ਇੱਕ ਬੱਕਰੇ ਜਾਂ ਅੱਗੇ ਵੇਚਣ ਵਾਸਤੇ ਲੈਣੇ ਆ? ਘਰ ਵਾਸਤੇ ਲੈਣੇ ਆ ਜੀ। ਇਹ ਬਾਈ ਉਹਨਾਂ ਨੇ ਬੱਕਰੇ ਫੜੇ ਆ ਜੀ, ਇੱਕ ਇਹ ਵਾਲਾ ਬੱਕਰਾ ਫੜਿਆ, ਔਰ ਇੱਕ ਇਹ ਵਾਲਾ, ਔਰ ਇੱਕ ਪਿਛਲੀ ਸਾਈਡ 'ਤੇ ਵਾਈਟ ਵਾਲਾ, ਔਰ ਬਾਕੀ ਦੇਖ ਰਹੇ ਹੋਏ ਆ ਵੀ ਕਿਹੜੇ ਕਿਹੜੇ ਬੱਕਰੇ ਇਹਨਾਂ ਨੇ ਦੇਖਣੇ ਆ ਜੀ। ਇਹ ਸਾਹਮਣੇ ਇੱਕ ਲਾਲ ਬੱਕਰਾ ਜਾ ਰਿਹਾ ਵੀ ਮਾਸ਼ਾਅੱਲਾ ਸੋਹਣਾ ਬੱਕਰਾ ਜੀ। ਇੱਕ ਇਹ ਬੱਕਰਾ ਜਾ ਰਿਹਾ ਹੋਇਆ ਵੀ ਮਾਸ਼ਾਅੱਲਾ ਸੋਹਣਾ ਬੱਕਰਾ ਜੀ, ਔਰ ਇੱਕ ਇਹ ਬੱਕਰਾ ਫੜ ਕੇ ਲੈ ਕੇ ਆਇਆ ਜੀ। ਇਹ ਵਾਲਾ ਬੱਕਰਾ ਵੀ ਸੋਹਣਾ ਜੀ। ਸਾਰੇ ਜਾਨਵਰ ਮਾਸ਼ਾਅੱਲਾ, ਜਿਹੜੇ ਵੱਡੇ ਜਾਨਵਰ ਹਨ ਜੀ, ਸਾਰੇ ਮਾਸ਼ਾਅੱਲਾ ਸੋਹਣੇ। ਬਾਕੀ ਜੀ ਇਹ ਹੁਣ ਸੌਦਾ ਕਰਨ ਵਾਸਤੇ ਦੂਸਰੇ ਵੱਡੇ ਭਾਈ ਆਉਣਗੇ ਘਰੋਂ? ਅੱਛਾ ਜੀ, ਅਗਰ ਕਿਸੇ ਭੈਣ ਭਾਈ ਨੇ ਵੀ ਐਤਕੀ ਅਤੇ ਕੁਰਬਾਨੀ ਵਾਸਤੇ ਬੱਕਰੇ ਲੈਣੇ ਆ ਨਾ, ਤਾਂ ਉਹ ਮੇਰਾ ਰਾਬਤਾ ਜ਼ਰੂਰ ਕਰ ਸਕਦਾ, ਕਿਉਂਕਿ ਘਰ ਦੇ ਬੱਕਰੇ ਇੰਨੇ ਸ਼ਹਿਜ਼ਾਦ ਭਾਈ ਨੇ ਪਾਲੇ ਹੋਏ ਆ ਜੀ, ਪਲੰਬਰ ਭਾਈ ਨੇ। ਔਰ ਆ ਰਿਹਾ ਘਰੋਂ ਛੋਟਾ ਭਾਈ, ਵੱਡੇ ਭਾਈ ਆ ਰਹੇ ਤੇ ਇਹਨਾਂ ਭਾਈਆਂ ਨੇ ਚਾਰ ਬੱਕਰੇ ਫੜਿਆ ਜੀ, ਅਤੇ ਉਹਨਾਂ ਦਾ ਮੁੱਲ ਦੱਸਦੇ ਆ ਕੇ ਫਿਰ ਆਪਣੇ ਭੈਣ ਭੈਣ ਸ਼ੇਅਰ ਕਰਦੇ ਆ ਜਿਹੜੇ ਚਾਰ ਬੱਕਰੇ ਇਹਨਾਂ ਫੜੇ ਇਹਨਾਂ ਦਾ ਕਿੰਨਾ ਕਿੰਨਾ ਮੁੱਲ ਇਹ ਮੰਗ ਰਿਹਾ ਹੋਇਆ। ਇਹ ਚਾਰੇ ਬੱਕਰੇ ਜਿਹੜੇ ਕੁਰਬਾਨੀ ਲੱਗਣ ਵਾਲੇ ਆ ਜੀ। ਅੱਛਾ ਜੀ, ਸ਼ਹਿਜ਼ਾਦ ਭਾਈ ਦੇ ਬੱਕਰੇ ਇੱਧਰ ਵਾਲੀ ਸਾਈਡ 'ਤੇ ਆ ਗਏ ਜੀ, ਔਰ ਇੱਧਰ ਵਾਲੀ ਸਾਈਡ 'ਤੇ ਦੂਸਰੀਆਂ ਹੋਰ ਬੱਕਰੀਆਂ ਆ ਗਈਆਂ ਨੇ ਜੀ। ਬੱਕਰੇ ਹੈਗੇ ਲੇਕਿਨ ਉਹ ਬੱਕਰੇ ਕਿ ਤੰਦਰੁਸਤ ਨਹੀਂ ਹੈਗੇ, ਔਰ ਇੱਧਰ ਵਾਲੀ ਸਾਈਡ 'ਤੇ ਸ਼ਹਿਜ਼ਾਦ ਭਾਈ ਦੇ ਬੜੇ ਭਾਈ ਆ ਚੁੱਕੇ ਆ ਜੀ, ਅਤੇ ਇਹ ਭਾਈ ਬੜੀ ਦੂਰ ਤੋਂ ਆਏ ਹੋਏ ਆ, ਦੇਖਦੇ ਇਹਨਾਂ ਦਾ ਕੀ ਰੇਟ ਤੈਅ ਹੁੰਦਾ ਜੀ। ਰੇਟ ਸਾਹਮਣੇ ਦੱਸ ਭਾਈਆਂ ਨੂੰ ਖੁੱਲ੍ਹ ਕੇ ਦੱਸ ਜਿਹੜਾ ਰੇਟ ਇਹਨਾਂ ਬੱਕਰਿਆਂ ਦਾ ਹੈਗਾ। ਇੱਕ ਦੋ ਤਿੰਨ ਚਾਰ ਅਤੇ ਪੰਜ, ਪੰਜ ਬੱਕਰੇ ਜੀ ਸ਼ਹਿਜ਼ਾਦ ਭਾਈ ਦੇ, ਔਰ ਤਕਰੀਬਨ 60,000-70,000 ਫੀ ਬੱਕਰੇ ਦਾ ਰੇਟ ਲੱਗਿਆ ਜੀ, 60,000। ਠੀਕ ਹੈ ਜੀ, ਇਹਦਾ ਭਾਈ ਨੇ ਲਾਇਆ 70,000 ਰੁਪਇਆ ਜੀ, ਉਹਦਾ ਲਾਇਆ 60,000 ਰੁਪਇਆ, ਔਰ ਪਰਲੇ ਦਾ ਲਾਇਆ 55,000 ਰੁਪਇਆ ਜੀ। ਬਾਕੀ ਦੇਖਦੇ ਹਾਂ ਜੀ, ਅਗਰ ਕਿਸੇ ਭੈਣ ਭਾਈ ਨੂੰ ਬੱਕਰੇ ਲੈਣੇ ਹੁੰਦੇ ਰਾਬਤਾ ਕਰ ਸਕਦਾ, ਔਰ ਆਪਣੀ ਅੱਜ ਵਾਲੀ ਵੀਡੀਓ 'ਤੇ ਕਰਾਂਗੇ ਇੱਥੇ ਜਾਣ, ਦੁਬਾਰਾ ਕਿੰਨਾ ਵੀਡੀਓ ਨਾਲ ਹੋਵਾਂਗੇ ਹਾਜ਼ਰ। ਤਦ ਤੱਕ ਕੇ ਲੀਏ ਖੁਦਾ ਹਾਫਿਜ਼।